ਨਾ ਸਿਰਫ ਪੰਜਾਬ, ਨਾ ਸਿਰਫ ਚੰਡੀਗੜ੍ਹ, ਬਲਕਿ ਪੂਰੇ ਮੁਲਕ ਦੇ ਵਿੱਚ ਪੈਟਰੋਲ ਪੰਪਸ 'ਤੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਅਤੇ ਕਈ ਥਾਵਾਂ 'ਤੇ ਤਾਂ ਪੈਟਰੋਲ ਪੰਪਸ 'ਤੇ ਪੈਟਰੋਲ ਖਤਮ ਹੋ ਗਿਆ, ਸਪਲਾਈ ਹੋਣੇ ਰਹੀ, ਇਸ ਲਈ ਲੋਕ ਖੱਜਲ ਖੁਆਰ ਹੋ ਰਹੇ ਨੇ ਅਤੇ ਇਸ ਦੀ ਵਜ੍ਹਾ ਇਹ ਹੈ ਕਿ ਟਰਾਂਸਪੋਰਟਰਸ ਹੜਤਾਲ 'ਤੇ ਨੇ। ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਇਸ ਦੀ ਵਜ੍ਹਾ ਕੀ ਹੈ, ਕਿਉਂ ਹੜਤਾਲ ਹੋ ਰਹੀ ਹੈ। ਤਾਂ ਉਸਦੀ ਵਜ੍ਹਾ ਇਹ ਹੈ ਕਿ ਹਿੱਟ ਐਂਡ ਰਨ ਐਕਟ ਹੈ ਜੋ ਸਰਕਾਰ ਦਾ, ਉਸਦਾ ਵਿਰੋਧ ਕਰ ਰਹੇ ਨੇ ਟਰਾਂਸਪੋਰਟਰ। ਪਰ ਇਸਦਾ ਵਿਰੋਧ ਕਿਉਂ ਕਰ ਰਹੇ ਨੇ? ਤਾਂ ਉਸਦੀ ਵਜ੍ਹਾ ਇਹ ਹੈ ਕਿ ਹੁਣ ਵੱਧ ਸਜ਼ਾ ਹੋਏਗੀ ਹਿੱਟ ਐਂਡ ਰਨ ਮਾਮਲਿਆਂ ਦੇ ਵਿੱਚ, ਅਤੇ ਇਸੇ ਦਾ ਵਿਰੋਧ ਕੀਤਾ ਜਾ ਰਿਹਾ। ਨਾਲ ਕੁਝ ਉਹਨਾਂ ਦੇ ਹੋਰ ਖਦਸ਼ੇ ਨੇ, ਕੁਝ ਹੋਰ ਸਵਾਲ ਉਹ ਖੜੇ ਕਰ ਰਹੇ ਨੇ। ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਪਹਿਲਾਂ ਕੀ ਸੀ ਕਾਨੂੰਨ ਅਤੇ ਹੁਣ ਕਾਨੂੰਨ ਕੀ ਕਹਿੰਦਾ ਹੈ, ਹਿੱਟ ਐਂਡ ਰਨ ਕਾਨੂੰਨ ਦੇ ਵਿੱਚ ਕੀ ਬਦਲਾਅ ਕੀਤਾ ਗਿਆ ਅਤੇ ਕਿਸ ਗੱਲ ਦਾ ਵਿਰੋਧ ਹੋ ਰਿਹਾ। ਦਰਅਸਲ ਸੰਸਦ ਦੇ ਵਿੱਚ ਕਾਨੂੰਨ ਪਾਸ ਕੀਤਾ ਗਿਆ ਅਤੇ ਉਸ ਦੇ ਵਿੱਚ ਭਾਰਤੀ ਨਿਆਏ ਸੰਹਿਤਾ 'ਚ ਹਿੱਟ ਐਂਡ ਰਨ ਦੇ ਮਾਮਲਿਆਂ 'ਚ ਲਾਪਰਵਾਹੀ ਨਾਲ ਮੌਤ 'ਚ ਵਿਸ਼ੇਸ਼ ਮਤੇ ਕੀਤੇ ਗਏ ਨੇ। ਇਸ ਦੇ ਅਨੁਸਾਰ ਜੇਕਰ ਕੋਈ ਡਰਾਈਵਰ ਤੇਜ਼ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਂਦਾ ਅਤੇ ਮੌਤ ਹੋ ਜਾਂਦੀ ਹੈ, ਡਰਾਈਵਰ ਪੁਲਿਸ ਜਾਂ ਫਿਰ ਮੈਜਿਸਟ੍ਰੇਟ ਨੂੰ ਜਾਣਕਾਰੀ ਦਿੱਤੇ ਬਿਨਾਂ ਭੱਜ ਜਾਂਦਾ ਹੈ, ਤਾਂ 10 ਸਾਲ ਤੱਕ ਦੀ ਕੈਦ ਅਤੇ 7 ਲੱਖ ਰੁਪਏ ਦਾ ਫਾਈਨ ਲੱਗੇਗਾ। ਅਤੇ ਜੋ ਹੁਣ ਤੱਕ ਕਾਨੂੰਨ ਸੀ ਉਹ ਇਉਂ ਸੀ ਕਿ IPC ਦੀ ਧਾਰਾ 279 ਲਾਪਰਵਾਹੀ ਨਾਲ ਵਾਹਨ ਚਲਾਉਣਾ, ਡਰਾਈਵਰ ਦੀ ਪਹਿਚਾਣ ਦੇ ਬਾਅਦ 304A ਲਾਪਰਵਾਹੀ ਨਾਲ ਮੌਤ ਅਤੇ 338 ਜਾਨ ਜੋਖਮ 'ਚ ਪਾਉਣ ਦੇ ਤਹਿਤ ਦਰਜ ਕੀਤਾ ਜਾਂਦਾ ਸੀ। ਇਸ ਦੇ ਵਿੱਚ 2 ਸਾਲ ਦੀ ਸਜ਼ਾ ਦਾ ਪ੍ਰਾਵਧਾਨ ਸੀ ਅਤੇ ਵਾਹਨ ਚਾਲਕ ਦੁਰਘਟਨਾ ਦੇ ਬਾਅਦ ਭੱਜ ਜਾਂਦੇ ਸਨ। ਅਤੇ ਹੁਣ ਡਰਾਈਵਰਾਂ ਨੂੰ ਫਿਕਰ ਇਹ ਹੈ ਕਿ ਮੌਕੇ 'ਤੇ ਭੀੜ ਦੇ ਗੁੱਸੇ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ, ਕਿਉਂਕਿ ਡਰਾਈਵਰ ਕਹਿੰਦੇ ਨੇ ਕਿ ਜਦੋਂ ਐਕਸੀਡੈਂਟ ਹੋ ਜਾਂਦਾ ਹੈ ਅਤੇ ਜੇਕਰ ਉਹ ਉੱਥੇ ਮਦਦ ਦੇ ਲਈ ਰੁਕਦੇ ਨੇ ਤਾਂ ਭੀੜ ਉਹਨਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੀ, ਇਸ ਲਈ ਉਹ ਭੱਜਣਾ ਕੁਝ ਲੋਕ ਠੀਕ ਸਮਝਦੇ ਨੇ। ਪਰ ਹੁਣ ਜੇਕਰ ਸਰਕਾਰ ਨੇ ਸਖ਼ਤ ਨੇਮ ਬਣਾਏ ਨੇ, ਉਹ ਭੱਜ ਨਹੀਂ ਸਕਣਗੇ ਤਾਂ ਭੀੜ ਦਾ ਸ਼ਿਕਾਰ ਹੋ ਜਾਣਗੇ। ਅਜਿਹੇ ਕੁਝ ਖਦਸ਼ੇ ਨੇ ਅਤੇ ਜਿਨ੍ਹਾਂ ਦਾ ਨਤੀਜਾ ਹੁਣ ਜਨਤਾ ਭੁਗਤ ਰਹੀ ਹੈ।